ਜੱਗ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਸਤਿਕਾਰ ਜੋ ਸਤਿ ਸ਼੍ਰੀ ਅਕਾਲ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਇੱਕ ਨਵੀਂ ਕਹਾਣੀ ਕੈਨੇਡਾ ਦੇ ਵਿੱਚ ਮੇਰੀ ਕਹਾਣੀ ਲੈ ਕੇ ਹਾਜ਼ਰ ਹਾਂ ਜੀ ਅਤੇ ਅੱਜ ਸਾਡੇ ਨਾਲ ਕਹਾਣੀ ਆਪਣੀ ਸ਼ੇਅਰ ਕਰਨ ਵਾਸਤੇ ਜਗਜੀਤ ਕੌਰ ਜੀ ਸ਼ਾਮਿਲ ਨੇ ਅਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਜਗਜੀਤ ਕੌਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਠਾਕ ਵਧੀਆ ਤੇ ਮੈਂ ਜਾਣਨਾ ਚਾਹਾਂਗਾ ਤੁਸੀਂ ਕੈਨੇਡਾ ਦੇ ਵਿੱਚ ਕਦੋਂ ਆਏ ਤੇ ਕਿਸ ਤਰ੍ਹਾਂ ਸਬੱਬ ਬਣਿਆ ਤੁਹਾਡਾ ਕੈਨੇਡਾ ਦੇ ਵਿੱਚ ਆਉਣ ਦਾ ਅਸੀਂ ਆਏ ਸੀ 20 ਜੁਲਾਈ 1995 ਦੇ ਵਿੱਚ 20 ਜੁਲਾਈ 1995 ਦੇ ਵਿੱਚ 26 ਸਾਲ ਹੋ ਗਏ ਹੈ ਹਾਂਜੀ ਤੇ ਸਾਡਾ ਜਿਹੜਾ ਸਬੱਬ ਸੀ ਸ਼ਾਇਦ ਮੈਨੂੰ ਲੱਗਦਾ ਕਿ ਬਾਕੀ ਲੋਕਾਂ ਨਾਲੋਂ ਬਿਲਕੁਲ ਅਲੱਗ ਸੀਗਾ ਆਉਣ ਦਾ ਓਕੇ ਕਿ ਮੇਰੇ ਫਾਦਰ ਦੀ ਡੈਥ ਹੋ ਗਈ ਸੀ ਜਿਹਦੇ ਕਰਕੇ ਮੇਰੇ ਸਿਸਟਰ ਨੇ ਜਿਵੇਂ ਅਪਲਾਈ ਕਰਤਾ ਵੀ ਸੋਚ ਕੇ ਇਕੱਲੇ ਰਹਿ ਗਏ ਪਿੱਛੇ ਹਨਾ ਤੇ ਇਸ ਕਰਕੇ ਸਾਡੀ ਸਟੋਰੀ ਸ਼ਾਇਦ ਬਾਕੀਆਂ ਨਾਲ ਥੋੜੀ ਜਿਹੀ ਅਲੱਗ ਹੈ ਤੇ ਸਬੱਬ ਵੀ ਲੱਗ ਗਈ ਹੈ ਆਉਣ ਦਾ ਠੀਕ ਹੈ ਤੇ ਜਦੋਂ ਤੁਸੀਂ ਕੈਨੇਡਾ 'ਚ ਪਹਿਲੀ ਪਹਿਲੀ ਵਾਰੀ ਆਏ ਤੇ ਕਿੱਦਾਂ ਕਿੱਦਾਂ ਲੱਗਿਆ ਸੀ ਵੀ ਪਹਿਲਾਂ ਪਹਿਲਾਂ ਅਗੇਨ ਮੈਂ ਇਹੀ ਕਹਿੰਦੀ ਹਾਂ ਕਿ ਸ਼ਾਇਦ ਬਹੁਤ ਲੋਕ ਆਪਣੇ ਸੁਪਨੇ ਲੈ ਕੇ ਆਉਂਦੇ ਆ ਤਾਂ ਉਹਨਾਂ ਨੂੰ ਕੁਛ ਡਿਫਰੈਂਟ ਲੱਗਦਾ ਹਨਾ ਅਸੀਂ ਜਿਵੇਂ ਕਹਿ ਲਓ ਕਿ ਤੁਸੀਂ ਕਦੇ ਵੀ ਸੋਚਿਆ ਨਹੀਂ ਸੀ ਕੈਨੇਡਾ ਆਉਣ ਦਾ ਕਦੇ ਵੀ ਸ਼ੌਂਕ ਨਹੀਂ ਸੀ ਤੇ ਜਦੋਂ ਤੁਹਾਨੂੰ ਸ਼ੌਂਕ ਨਾ ਹੋਵੇ ਕਿਸੇ ਚੀਜ਼ 'ਚ ਇੰਟਰਸਟ ਨਾ ਹੋਵੇ ਫਿਰ ਜਦੋਂ ਤੁਸੀਂ ਉਸ ਧਰਤੀ ਤੇ ਉਤਰਦੇ ਹੋ ਤੁਸੀਂ ਸੋਚ ਹੀ ਸਕਦੇ ਹੋ ਕਿ ਉਹ ਕਿਵੇਂ ਦਾ ਐਕਸਪੀਰੀਅੰਸ ਹੋਊਗਾ ਰਾਈਟ ਜੀ ਏਦਾਂ ਸੀ ਕਿ ਜਿਵੇਂ ਬਹੁਤ ਮਜਬੂਰੀ ਦੇ ਵਿੱਚ ਕਿਸੇ ਜੇਲ੍ਹ ਦੇ ਵਿੱਚ ਆ ਗਏ ਹੋਈਏ ਅੱਛਾ ਤੇ ਹਰ ਵੇਲੇ ਇੱਥੋਂ ਨਿਕਲਣ ਦਾ ਰਸਤਾ ਹੀ ਲੱਭਣ ਦੀ ਕੋਸ਼ਿਸ਼ ਕੀਤੀ ਓਕੇ ਦੈਟ ਮੀਨਸ ਕਿ ਸ਼ੁਰੂ ਸ਼ੁਰੂ ਆ ਕੇ ਬਹੁਤਾ ਮਨ ਲੱਗਿਆ ਨਹੀਂ ਤੁਹਾਡਾ ਇੱਥੇ ਹਾਂ ਨਾ ਬਾਥਰੂਮ 'ਚ ਜਾ ਕੇ ਰੋਂਦੇ ਹੁੰਦੇ ਸੀ ਐਵਰੀ ਡੇ ਤੇ ਜਦੋਂ ਮਤਲਬ ਆਪਾਂ ਇੰਡੀਆ ਹੁੰਨੇ ਆ ਤੇ ਕੈਨੇਡਾ ਦੀ ਤਿਆਰੀ ਕਰਦਾ ਹੁੰਦਾ ਬੰਦਾ ਵੀ ਕੈਨੇਡਾ ਦੇ ਵਿੱਚ ਆ ਹੋਏਗਾ ਜਾਂ ਇਦਾਂ ਹੋਏਗਾ ਕੀ ਤੁਹਾਨੂੰ ਉਦਾਂ ਦੇ ਲੱਗਿਆ ਜਿੱਦਾਂ ਦਾ ਤੁਹਾਡੇ ਮਨ ਦੇ ਵਿੱਚ ਕੈਨੇਡਾ ਸੀ ਜਾਂ ਟੋਟਲੀ ਕੋਈ ਡਿਫਰੈਂਟ ਲੱਗਿਆ ਐਕਚੁਅਲੀ ਅਗੇਨ ਮੈਂ ਸੇਮ ਚੀਜ਼ ਰਿਪੀਟ ਕਰ ਰਹੀ ਹਾਂ ਕਿ ਮਨ ਦੇ ਵਿੱਚ ਤਾਂ ਕਦੇ ਕੋਈ ਨਾ ਤੇ ਕੋਈ ਸੁਪਨਾ ਸੀ ਬਾਹਰ ਆਉਣ ਦਾ ਤੇ ਨਾ ਹੀ ਕੋਈ ਚਾਹ ਸੀ ਬਾਹਰ ਆਉਣ ਦਾ ਓਕੇ ਮੈਨੂੰ ਅੱਜ ਵੀ ਉਹ ਦਿਨ ਯਾਦ ਹੈ ਜਦੋਂ ਚੱਲਣ ਲੱਗੇ ਅਸੀਂ ਆਪਣੇ ਭੂਆ ਜੀ ਦੇ ਘਰੋਂ ਚੱਲੇ ਸੀ ਤੇ ਉਹਨਾਂ ਦੇ ਜਿਸ ਤਰ੍ਹਾਂ ਮਤਲਬ ਸਾਰੇ ਏਦਾਂ ਰੋ ਰਹੇ ਸੀ ਜਿਵੇਂ ਕੁੜੀ ਨੀ ਤੋਰੀ ਦੀ ਮੇਰੇ ਬ੍ਰਦਰ ਮੇਰੇ ਮਾਮ ਤੇ ਅਸੀਂ ਤਿੰਨੇ ਜਦੋਂ ਉੱਥੋਂ ਚੱਲੇ ਮੈਂ ਆਪਣੇ ਮਦਰ ਤੇ ਬ੍ਰਦਰ ਦੇ ਨਾਲ ਆਈ ਸੀ ਇੱਥੇ ਤੇ ਉਹ ਇਸ ਤਰ੍ਹਾਂ ਦਾ ਮਾਹੌਲ ਸੀ ਜਿੱਦਾਂ ਇੱਕ ਡੋਲੀ ਤੋਰ ਰਹੀ ਹੁੰਦੀ ਹੈ ਫੈਮਿਲੀ ਤੇ ਸਾਰੇ ਇਸ ਤਰ੍ਹਾਂ ਰੋ ਰਹੇ ਸੀ ਠੀਕ ਹੈ ਤੋ ਦੈਟ ਮੀਨਸ ਜੋ ਤੁਸੀਂ ਅਨਮੈਰਿਡ ਸੀ ਜਦੋਂ ਤੁਸੀਂ ਇੱਥੇ ਕੈਨੇਡਾ ਚ ਆਏ ਪਹਿਲੀ ਵਾਰ ਹਾਂਜੀ ਹਾਂਜੀ ਮੈਂ ਵੀ ਅਨਮੈਰਿਡ ਸੀ ਮੇਰੇ ਬ੍ਰਦਰ ਵੀ ਅਸੀਂ ਮਦਰ ਦੇ ਨਾਲ ਇੱਥੇ ਆਏ ਸੀ ਓਕੇ ਐਜ਼ ਅ ਡਿਪੈਂਡੈਂਟ ਚਿਲਡਰਨ ਤੁਸੀਂ ਉਹਨਾਂ ਦੇ ਨਾਲ ਆਏ ਸੀ ਹੈਨਾ ਹਾਂਜੀ ਹਾਂਜੀ ਤੇ ਜਦੋਂ ਤੁਸੀਂ ਸ਼ੁਰੂ ਸ਼ੁਰੂ ਚ ਆਏ ਕਿਉਂਕਿ ਹੁਣ ਜਿਵੇਂ ਤੁਸੀਂ ਤੁਹਾਡਾ ਮਨ ਵੀ ਨਹੀਂ ਸੀ ਇੱਥੇ ਆਉਣ ਦਾ ਤੇ ਫਿਰ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਇੱਥੇ ਸੈੱਟ ਹੋਣਾ ਤੇ ਤੁਹਾਨੂੰ ਦਿੱਕਤਾਂ ਆਈਆਂ ਵੀ ਸ਼ੁਰੂ ਸ਼ੁਰੂ ਸੈੱਟ ਹੋਣ ਵਾਸਤੇ ਹਾਂਜੀ ਬਹੁਤ ਜ਼ਿਆਦਾ ਜਿੱਦਾਂ ਇੱਕ ਤਾਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਉਤਰੇ ਹੀ ਘਰ ਵੀ ਆਏ ਏਅਰਪੋਰਟ ਤੋਂ ਬਹੁਤ ਇੱਦਾਂ ਜਿੱਦਾਂ ਬਹੁਤ ਕਿਸੇ ਅਜੀਬ ਜਗ੍ਹਾ ਤੇ ਆ ਗਏ ਹੋਈਏ ਹਨਾ ਤੇ ਥੋੜਾ ਜਿਹਾ ਅੱਛਾ ਲੱਗਦਾ ਸੀ ਜਦੋਂ ਕਿਤੇ ਗੁਰਦੁਆਰੇ ਸਾਹਿਬ ਜਾਣ ਨੂੰ ਟਾਈਮ ਮਿਲਣਾ ਮੱਥਾ ਟੇਕਣਾ ਜਾ ਕੇ ਹਨਾ ਥੋੜੇ ਪੰਜਾਬੀ ਦਿਖਣੇ ਉਸ ਟਾਈਮ ਤੇ ਕੈਲਗਰੀ ਦੇ ਵਿੱਚ ਪੰਜਾਬੀ ਵੀ ਕਾਫੀ ਘੱਟ ਸੀਗੇ ਬ੍ਰਦਰ ਨੀ ਸੀ ਚਾਹੁੰਦੇ ਕਿ ਮੈਂ ਕੰਮ ਕਰਾਂ ਜਾਂ ਮਦਰ ਕੰਮ ਕਰਨ ਹਨਾ ਮਦਰ ਨੂੰ ਉਹਨਾਂ ਨੇ ਅੱਜ ਤੱਕ ਕੰਮ ਨੀ ਕਰਾਇਆ ਇਹ ਮੈਨੂੰ ਹੋਰ ਵੀ ਹਾਰਡ ਲੱਗਦਾ ਹੁੰਦਾ ਸੀ ਕਿ ਬ੍ਰਦਰ ਇਕੱਲੇ ਕੰਮ ਕਰ ਰਹੇ ਨੇ ਅਸੀਂ ਦੋਨੋਂ ਘਰ ਬੈਠੇ ਹਾਂ ਰਾਈਟ ਦੂਸਰਾ ਤੁਸੀਂ ਯੰਗ ਹੁੰਦੇ ਹੋ ਤੁਹਾਨੂੰ ਹੋਰ ਵੀ ਹੁੰਦਾ ਕਿ ਅਸੀਂ ਮੈਂ ਵੀ ਕੁਛ ਕਰਾਂ ਮੈਂ ਆਪਣੇ ਬ੍ਰਦਰ ਨੂੰ ਸਪੋਰਟ ਕਰਾਂ ਰਾਈਟ ਮੈਨੂੰ ਹੁਣ ਵੀ ਯਾਦ ਹੈ ਕਿ ਜਦੋਂ ਪਹਿਲੇ ਦਿਨ ਮੈਂ ਕੰਮ ਤੇ ਗਈ ਮੇਰੇ ਬ੍ਰਦਰ ਬਹੁਤ ਨਾਰਾਜ਼ ਹੋਏ ਸੀ ਅੱਛਾ ਪਰ ਉਹ ਸੀ ਪਹਿਲੀ ਜੌਬ ਸੀ ਇਟਸ ਅ ਪੀਜ਼ਾ ਫੈਕਟਰੀ ਅੱਛਾ ਹੁਣ ਤੁਹਾਨੂੰ ਪਤਾ ਲੁਧਿਆਣੇ ਸ਼ਹਿਰ ਚੋਂ ਆਏ ਹੋਈਏ ਮਾਈ ਫਾਦਰ ਵਾਜ਼ ਲਾਈਕ ਐਕਸੀਅਨ ਦੋ ਦੋ ਨੌਕਰ ਘਰ ਦੇ ਵਿੱਚ ਤੇ ਆਪ ਜਾ ਕੇ ਪੀਜ਼ਾ ਬਣਾਉਣਾ ਇਟ ਵਾਜ਼ ਸਟਰਗਲਿੰਗ ਹਾਰਡ ਤਾਂ ਸੀ ਬਹੁਤ ਜ਼ਿਆਦਾ ਘਰ ਆ ਕੇ ਮੈਨੂੰ ਯਾਦ ਹੈ ਮੈਂ ਏਦਾਂ ਹੱਥ ਰੱਖੇ ਹੋਏ ਆਪਣੇ ਦਰਦਾਂ ਹੋ ਰਹੀਆਂ ਨਾ ਮਦਰ ਨੂੰ ਦੱਸ ਰਹੀ ਨਾ ਬ੍ਰਦਰ ਨੂੰ ਵੀ ਕੰਮ ਤੋਂ ਹਟਾ ਲੈਣਗੇ ਅੱਛਾ ਸੋ ਬਹੁਤ ਔਖਾ ਸੀ ਕੰਮ ਤੇ ਵੀ ਜਦੋਂ ਜਾਣਾ ਤੁਸੀਂ ਜਦੋਂ ਨਵੇਂ ਹੁੰਨੇ ਆ ਸਟਰਗਲਿੰਗ ਬਹੁਤ ਹੈ ਕਿ ਤੁਹਾਨੂੰ ਕੋਈ ਵੀ ਚਾਹੁੰਦਾ ਨਹੀਂ ਵੀ ਤੁਸੀਂ ਪੱਕੇ ਹੋ ਜਾਓ
ਤੁਹਾਨੂੰ ਤੁਹਾਡਾ ਕੰਮ ਅੱਛਾ, ਜੋ ਕੁਝ ਅੱਛਾ ਵੀ ਉਹ ਵੀ ਹਾਈਡ ਕੀਤਾ ਜਾਂਦਾ ਜੋ ਮੈਨੂੰ ਲੱਗਿਆ। ਜੀ, ਤੇ ਜਿਵੇਂ ਨਾ ਆਪਾਂ ਕਿਤੇ ਨਵੀਂ ਜਗ੍ਹਾ ਤੇ ਜਾਂਦੇ ਹੈਗੇ ਆ ਤੇ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਹੋਈਆਂ ਜਿਹੜੀ ਬਾਅਦ ਚ ਫਨੀ ਜੀਆਂ ਲੱਗਦੀਆਂ ਆਪਾਂ ਨੂੰ, ਤੁਹਾਡੇ ਨਾਲ ਕੋਈ ਇਦਾਂ ਦੀ ਘਟਨਾ ਹੋਵੇ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋ ਵੀ ਬੜੀ ਫਨੀ ਜੀ ਗੱਲ ਹੋਈ ਤੁਹਾਡੇ ਨਾਲ? ਯਾ ਸਭ ਤੋਂ ਜ਼ਿਆਦਾ ਤਾਂ ਮੈਨੂੰ ਲੱਗਦਾ ਕਿ ਉਸ ਟਾਈਮ ਦੀ ਜੋ ਮੈਨੂੰ ਫਨੀ ਲੱਗਦੀ ਹੁੰਦੀ ਸੀ ਕਿ ਜਦੋਂ ਵਿੰਟਰ ਸਟਾਰਟ ਹੋਈ ਪਹਿਲੀ ਵਾਰ, ਹਾਂਜੀ, ਤੇ ਹਰ ਇੱਕ ਨੇ ਸਲਿਪ ਹੋ ਕੇ ਡਿੱਗਣਾ ਤੇ ਇੱਕ ਦੂਜੇ ਤੋਂ ਹਾਈਡ ਕਰਨਾ ਤੇ ਕਹਿਣਾ ਨਾ ਨਾ ਮੈਂ ਤਾਂ ਨਹੀਂ ਕਦੇ ਡਿੱਗਿਆ, ਤੇ ਅਚਾਨਕ ਜੇ ਕਿਤੇ ਫਿਰ ਸਾਹਮਣੇ ਡਿੱਗ ਜਾਣਾ ਉੱਥੇ। ਉਹ ਮੈਨੂੰ ਬੜਾ ਲੱਗਦਾ ਹੁੰਦਾ ਸੀ ਵੀ ਕਹਿਣਾ ਨਾ, ਅਸੀਂ ਤਾਂ ਬੜੇ ਧਿਆਨ ਨਾਲ ਤੁਰਦੇ ਹਾਂ, ਯੂ ਨੋ ਬਲੈਕ ਆਈਸ ਤੇ ਤਾਂ ਹੁਣ ਉਦਾਂ ਹੀ ਪੈਦਲ ਵੀ ਜਾਂਦਾ ਜਦੋਂ ਆਪਾਂ ਨਵੇਂ ਆਉਂਦੇ ਹਾਂ, ਰਾਈਟ? ਬਿਲਕੁਲ। ਉਸ ਤੋਂ ਵੱਧ ਅਗੇਨ ਮੈਂ ਕਹਿੰਦੀ ਹਾਂ ਪਹਿਲੇ ਕੁਛ ਸਾਲ ਤਾਂ ਇੱਦਾਂ ਦੇ ਸੀਗੇ ਵੀ ਬਸ ਰੋਣਾ ਤੇ ਖਾਣਾ ਵੀ ਨਾ ਸਵਾਦ ਲੱਗਣਾ, ਕੰਮ ਤੇ ਜਾਣਾ ਥੋੜਾ ਦਿਲ ਲੱਗਣਾ, ਤੇ ਕੁਛ ਨਾ ਹੀ ਕੋਈ ਫਨ ਲੱਗਦਾ ਸੀ ਲਾਈਫ ਦਾ ਤੇ ਨਾ ਹੀ ਕੋਈ ਜੋਕ ਉਦੋਂ ਚੰਗੇ ਲੱਗਦੇ ਸੀ। ਹਾਂਜੀ, ਤੇ ਜਿਵੇਂ ਤੁਸੀਂ ਤੁਹਾਡਾ ਜਿਹੜਾ ਹੈਗਾ ਵੀ ਇੱਥੇ ਆਉਣਾ ਵੀ ਇਸ ਤਰ੍ਹਾਂ ਦਾ ਸੀ ਕਿ ਤੁਹਾਡਾ ਮੈਨੂੰ ਲੱਗਦਾ ਸਾਰਾ ਸਫ਼ਰ ਹੀ ਇਮੋਸ਼ਨਲ ਤੁਸੀਂ ਦੱਸਿਆ ਗਿਆ ਰਿਹਾ ਹੈਗਾ, ਪਰ ਫਿਰ ਵੀ ਕੋਈ ਇਹੋ ਜਿਹੀ ਗੱਲ ਕੋਈ ਇਮੋਸ਼ਨਲ ਹੋਈ ਜਿਹੜੀ ਕਿ ਤੁਹਾਨੂੰ ਉਹਨੇ ਬਹੁਤ ਜ਼ਿਆਦਾ ਇਮੋਸ਼ਨਲ ਕੀਤਾ ਹੋਵੇ ਵੀ ਕਿੱਥੇ ਆਪਾਂ ਛੱਡ ਕੇ ਤੇ ਕਿੱਥੇ ਆਪਾਂ ਪਹੁੰਚ ਗਏ ਹੈਗੇ? ਹਾਂਜੀ, ਇਹ ਫਸਟ ਥਿੰਗ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬੈਕਗ੍ਰਾਉਂਡ ਬਹੁਤ ਅੱਛੀ ਸੀ, ਮੈਂ ਹਾਕੀ ਪਲੇਅਰ ਸੀ ਇੰਡੀਆ ਦੇ ਵਿੱਚ। ਓਕੇ, ਇਹ ਸਭ ਤੋਂ ਜ਼ਿਆਦਾ ਮੇਰੇ ਲਈ ਜੋ ਪੇਨਫੁਲ ਸੀਗੀ ਜਰਨੀ ਇੱਥੇ ਆ ਕੇ ਕਿ ਮੈਂ ਆਪਣੀ ਗੇਮ ਲਈ ਕੰਟੀਨਿਊ ਨਹੀਂ ਕਰ ਸਕੀ, ਉਹ ਚੀਜ਼ਾਂ ਯਾਦ ਕਰਕੇ ਮੈਂ ਬਹੁਤ ਜਿੱਦਾਂ ਇਮੋਸ਼ਨਲ ਹੋ ਜਾਂਦੀ ਸੀ, ਤੇ ਮੈਂ ਆਲਵੇਜ਼ ਇਹ ਸੋਚਦੀ ਸੀ ਸ਼ਾਇਦ ਮੈਂ ਵਾਪਸ ਜਾ ਕੇ ਲਾਈਕ ਯੂ ਨੋ ਵਾਪਸ ਜਾਵਾਂ ਤੇ ਆਪਣਾ ਕੈਰੀਅਰ ਕੰਟੀਨਿਊ ਕਰਾਂ ਗੇਮ ਦੇ ਵਿੱਚ। ਲਾਈਕ ਆਈ ਆਲਵੇਜ਼ ਫੀਲ ਇਮੋਸ਼ਨਲ ਜਦੋਂ ਇੱਥੇ ਕੋਈ ਗਰਾਊਂਡ 'ਚ ਖੇਡਦੇ ਦੇਖਣਾ, ਕੋਲੋਂ ਦੀ ਲੱਗਣਾ ਹਨਾ ਬੱਸ ਤੇ, ਤਾਂ ਇੱਦਾਂ ਦਿਲ ਕਰਨਾ ਵੀ ਭੱਜ ਕੇ ਉੱਡ ਕੇ ਬਸ ਗਰਾਊਂਡ ਦੇ ਵਿੱਚ ਚਲੀ ਜਾਵਾਂ। ਠੀਕ ਹੈ, ਤੇ ਹੁਣ ਅੱਜ ਆਪਾਂ ਅੱਜ ਗੱਲ ਕਰੀਏ ਵੀ 26 ਸਾਲਾਂ ਤੋਂ ਬਾਅਦ 'ਚ ਵੀ ਤੁਹਾਡੀ ਲਾਈਫ ਕਿਸ ਤਰ੍ਹਾਂ ਦੀ ਹੈਗੀ ਹੈ, ਵੀ ਤੁਸੀਂ ਠੀਕ ਹੋ, ਅੱਛੇ ਮੁਕਾਮ ਤੇ ਹੈਗੇ ਹੋ, ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਸੀ ਜ਼ਿੰਦਗੀ ਦੇ ਵਿੱਚ ਸਭ ਕੁਛ ਹੈ? ਹਾਂਜੀ, ਉਸ ਲੈਵਲ ਤੇ ਤਾਂ ਮੈਂ ਕਹਿੰਦੀ ਹਾਂ ਬਾਬਾ ਜੀ ਨੇ ਉਸ ਤੋਂ ਵੀ ਸ਼ਾਇਦ ਜ਼ਿਆਦਾ ਕੁਛ ਦਿੱਤਾ ਜਿੰਨਾ ਕਿ ਕਦੇ ਆਪਾਂ ਸੋਚਿਆ ਵੀ ਨਹੀਂ ਸੀ, ਰਾਈਟ? ਖੁਸ਼ ਹੈ, ਬਟ ਇੱਕ ਫਰਕ ਜ਼ਰੂਰ ਹੈ ਇੰਡੀਆ ਤੇ ਕੈਨੇਡਾ ਦਾ ਵੀ ਇੱਥੇ ਜੋ ਵੀ ਆਪਾਂ ਹਾਰਡ ਵਰਕ ਕਰਦੇ ਹਾਂ ਸਾਨੂੰ ਮਿਲਦਾ, ਰਾਈਟ? ਉਹ ਸਾਡੇ ਕੋਲ, ਅਸੀਂ ਏਦਾਂ ਨਹੀਂ ਹੈ ਵੀ ਕੰਮ ਕਰ ਰਹੇ ਹਾਂ ਤਾਂ ਮਿਲ ਨਹੀਂ ਰਿਹਾ ਜਾਂ ਕੁਛ ਸਕਸੈਸ ਹੈ ਨਹੀਂ, ਸਕਸੈਸ ਜ਼ਰੂਰ ਹੈ ਬਟ ਥੋੜੇ ਜਿਹਾ ਹਾਰਡ ਵਰਕ ਦੀ ਲੋੜ ਪੈਂਦੀ ਹੈ, ਇਹ ਜ਼ਰੂਰ ਹੈ। ਠੀਕ ਹੈ, ਤੇ ਜਿਵੇਂ ਆਪਣਾ ਸਾਰੇ ਅਸੀਂ ਜੁੜੇ ਹੋਏ ਹਾਂ ਪੰਜਾਬ ਦੇ ਨਾਲ, ਇੰਡੀਆ ਦੇ ਨਾਲ ਜੁੜੇ ਹੋਏ ਹਾਂ, ਕਿਉਂਕਿ ਤੁਹਾਨੂੰ ਕੋਈ ਉੱਥੇ ਕੌਣ ਜ਼ਿਆਦਾ ਚੇਤੇ ਆਉਂਦਾ ਹੈਗਾ ਜਾਂ ਕਿਹੜੀ ਚੀਜ਼ ਨੂੰ ਤੁਸੀਂ ਜ਼ਿਆਦਾ ਇੰਡੀਆ ਦੀ ਨੂੰ ਮਿਸ ਕਰਦੇ ਹੈਗੇ ਹੋ? ਫਿਰ ਮੈਂ ਉਹੀ ਕਹਿੰਦੀ ਹਾਂ ਕਿ ਮੇਰੇ ਲਈ ਤਾਂ ਸਭ ਤੋਂ ਜ਼ਿਆਦਾ ਮਿਸ ਕਰਨ ਵਾਲੀ ਚੀਜ਼ ਮੇਰੀਆਂ ਹਾਕੀ ਦੀਆਂ ਗਰਾਊਂਡਾਂ, ਤੇ ਮੈਂ ਆਲਵੇਜ਼ ਮਿਸ ਕਰਦੀ ਹਾਂ। ਜਦੋਂ ਵੀ ਮੈਂ ਜਾਵਾਂ ਵਾਪਸ ਵੀ ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਵੀ ਮੈਂ ਉੱਥੇ ਜਾ ਕੇ ਪਲੇਅਰਸ ਲਈ ਕੁਛ ਕਰ ਸਕਾਂ। ਓਕੇ, ਟਰਾਈ ਹੁੰਦੀ ਹੈ ਮੇਰੀ ਗਰਾਊਂਡ 'ਚ ਜਾਵਾਂ, ਜੋ ਵੀ ਮੇਰੇ ਕੋਲੋਂ ਸਰਦਾ ਮੈਂ ਮਤਲਬ ਆਪਣਾ ਬੈਸਟ ਉੱਥੇ ਜਾ ਕੇ ਕਰਦੀ ਹਾਂ। ਆਲਵੇਜ਼ ਮਿਸ ਮਾਈ ਗੇਮ, ਉਹ ਇਨਵਾਇਰਮੈਂਟ, ਕਈ ਕਈ ਵਾਰ ਤਾਂ ਬੈਠੇ ਵੈਸੇ ਹੀ ਉਹ ਸੋਚਦੇ ਰਹੀਦਾ ਵੀ ਇਟ ਵਾਜ਼ ਗੁੱਡ ਟਾਈਮ। ਇੰਡੀਆ ਦੀ ਸਭ ਤੋਂ ਜ਼ਿਆਦਾ ਮਿਸ ਕਰਨ ਵਾਲੀ ਮੈਂ ਪਲੇਅਰਸ ਨੂੰ, ਗੇਮਸ ਨੂੰ ਮਿਸ ਕਰਦੀ ਹਾਂ। ਓਕੇ, ਤੇ ਜਿਵੇਂ ਹੁਣ ਹਰ ਕੋਈ ਆਪਾਂ ਵੇਖਦੇ ਹਾਂ ਵੀ ਕੈਨੇਡਾ ਆਉਣਾ ਚਾਹੁੰਦਾ ਹੈਗਾ, ਕਿ ਤੁਸੀਂ ਆਪਣੇ ਲਾਈਫ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਕੀ ਤੁਸੀਂ ਲੋਕਾਂ ਨੂੰ ਸਲਾਹ ਦਿੰਦੇ ਹੈਗੇ ਹੋ ਵੀ ਕੈਨੇਡਾ ਆਉਣਾ ਚਾਹੀਦਾ ਹੈਗਾ ਇੰਡੀਆ ਨੂੰ ਛੱਡ ਕੇ? ਮੈਂ ਸਲਾਹ ਦਿੰਦੀ ਹਾਂ ਕਿ ਜਿਹੜੇ ਹੁਣ ਜਿਵੇਂ ਬਹੁਤ ਹਾਰਡ ਲਾਈਫ ਆ, ਕਈਆਂ ਕੋਲ ਵਿਚਾਰਿਆਂ ਕੋਲ ਐਜੂਕੇਸ਼ਨ ਵੀ ਨਹੀਂ ਹੈ, ਜੋਬ ਵੀ ਨਹੀਂ ਹੈ, ਬਹੁਤ ਔਖਾ ਸਰਵਾਈਵ, ਲੇਬਰ ਵੀ ਕਰਦੇ ਆ ਪਰ ਲੇਬਰ ਉਹਨਾਂ ਦੇ ਯੂ ਨੋ ਘਰ ਨਹੀਂ ਚੱਲਦੇ ਜੀ, ਉਹਨਾਂ ਨੂੰ ਤਾਂ ਮੈਂ ਕਹਿੰਦੀ ਹਾਂ ਵੀ ਬਹੁਤ ਮਤਲਬ ਉਹਨਾਂ ਨੂੰ ਆਉਣਾ ਚਾਹੀਦਾ ਤੇ ਉਹਨਾਂ ਨੂੰ ਮੌਕਾ ਵੀ ਮਿਲਣਾ ਚਾਹੀਦਾ। ਹੁਣ ਜਿਹਦੇ ਕੋਲ ਬਹੁਤ ਅੱਛਾ ਘਰ ਹੈ, ਚੰਗੀਆਂ ਜ਼ਮੀਨਾਂ ਨੇ, ਵੈਲ ਸੈਟਲ ਨੇ, ਮੈਂ ਕਹਿੰਦੀ ਹਾਂ ਉਹਨਾਂ ਨੂੰ ਨਹੀਂ ਆਉਣਾ ਚਾਹੀਦਾ, ਮੈਨੂੰ ਇਹ ਲੱਗਦਾ, ਬਾਕੀ ਹਰੇਕ ਦੀ ਆਪਣੀ ਓਪੀਨੀਅਨ ਹੁੰਦੀ ਹੈ, ਰਾਈਟ? ਠੀਕ ਹੈ, ਵੀ ਜਿਹੜਾ ਬੰਦਾ ਉੱਥੇ ਠੀਕ ਹੈਗਾ ਤੇ ਉਹਨੂੰ ਉੱਥੇ ਰਹਿਣਾ ਚਾਹੀਦਾ ਹੈਗਾ। ਮੈਨੂੰ ਇਹ ਲੱਗਦਾ ਹੁਣ ਜੇ ਆਪਾਂ, ਇਹ ਨਹੀਂ ਕਿ ਆਈ ਨੋ ਸਾਨੂੰ ਇਹ ਵੀ ਕੁਐਸਚਨ ਉੱਠਦੇ ਨੇ ਵੀ ਫਿਰ ਤੁਸੀਂ ਕਿਉਂ ਆਏ, ਅਗੇਨ ਮੈਂ ਕਹਿੰਦੀ ਹਾਂ ਕਿ ਚਲੋ ਮਜਬੂਰੀ ਸੀ, ਡੈਸਟੀਨੀ ਲੈ ਆਈ, ਰਾਈਟ? ਪਰ ਜੇ ਮੇਰੇ ਕੋਲ ਆਪਸ਼ਨ ਹੁੰਦੀ ਤੇ ਮੈਂ ਸ਼ਾਇਦ, ਮੈਂ 3 ਵਾਰ ਸਾਰਾ ਕੁਛ ਵੇਚ ਕੇ ਮੂਵ ਹੋ ਕੇ ਵਾਪਸ ਚਲੀ ਗਈ ਸੀ ਇੰਡੀਆ। ਅੱਛਾ, ਅਗੇਨ ਡੈਸਟੀਨੀ, ਕਦੇ ਬੱਚੇ ਸਿੱਖ ਹੋ ਗਏ, ਉੱਥੇ ਰਹਿ ਨਹੀਂ ਸਕੇ, ਵਾਪਸ ਆਉਣਾ ਪਿਆ ਕਿਸੇ ਨਾ ਕਿਸੇ ਕਾਰਨ ਕਰਕੇ।
ਠੀਕ ਹੈ, ਤੁਹਾਡੇ ਉੱਥੇ ਕਾਫੀ ਰਿਸ਼ਤੇਦਾਰ ਹੋਣੇ ਨੇ, ਤੁਹਾਡੀਆਂ ਸਹੇਲੀਆਂ, ਹੋਰ ਤੁਹਾਡੇ ਜਾਣ ਪਹਿਚਾਣ ਵਾਲੇ ਹੋਣੇ ਨੇ, ਤੇ ਜਿਹੜੇ ਇੰਡੀਆ ਤੋਂ ਤੁਹਾਨੂੰ ਸੁਣ ਰਹੇ ਹੈਗੇ ਨੇ, ਕਿਹਨੂੰ ਤੁਸੀਂ ਯਾਦ ਕਰਕੇ ਹੈਲੋ ਹਾਏ ਕਹਿਣਾ ਚਾਹੋਗੇ, ਰਿਸ਼ਤੇਦਾਰ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ? ਮੈਂ ਤਾਂ ਜਿਹੜਾ ਵੀ ਮੈਨੂੰ ਦੇਖ ਰਿਹਾ, ਚਾਹੇ ਉਹ ਰਿਸ਼ਤੇਦਾਰ ਨੇ ਚਾਹੇ ਵੈਸੇ ਹੀ ਆਡੀਅੰਸ ਨੇ, ਮੈਂ ਤਾਂ ਸਭ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਉਣਾ ਚਾਹੁੰਦੀ ਹਾਂ ਤੇ ਕਹਿੰਦੀ ਹਾਂ ਖੁਸ਼ ਰਹੋ, ਸੇਫ ਰਹੋ। ਜੇ ਤੁਸੀਂ ਹਾਰਡ ਵਰਕ ਕਰਦੇ ਹੋ ਤੁਹਾਨੂੰ ਇੱਕ ਦਿਨ ਰਿਜ਼ਲਟ ਜ਼ਰੂਰ ਮਿਲਦਾ, ਤੁਸੀਂ ਜ਼ਰੂਰ ਸਕਸੈਸ ਹੁੰਦੇ ਹੋ ਲਾਈਫ 'ਚ। ਜੀ, ਤੇ ਜਗਜੀਤ ਜੀ, ਤੁਸੀਂ ਸਾਡੇ ਨਾਲ ਆਪਣੀ ਜਿਹੜੀ ਹੈ ਕੈਨੇਡਾ ਦੇ ਵਿੱਚ ਤੁਹਾਡੀ ਜਿਹੜੀ ਕਹਾਣੀ ਆ ਉਹ ਸਾਡੇ ਨਾਲ ਸ਼ੇਅਰ ਕੀਤੀ, ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ। ਆਸ ਹੈ ਕਿ ਇਹਦੇ ਤੋਂ ਕਾਫੀ ਲੋਕੀ ਜਿਹੜੇ ਹੈਗੇ ਨੇ ਕਿ ਸਿੱਖਣ ਨੂੰ ਉਹਨਾਂ ਨੂੰ ਮਿਲਦਾ ਹੈਗਾ ਵੀ ਕਿਸ ਤਰ੍ਹਾਂ ਦੀ ਲਾਈਫ ਰਹਿੰਦੀ ਹੈਗੀ, ਕਿਸ ਤਰ੍ਹਾਂ ਦੇ ਇਮੋਸ਼ਨਸ ਦੇ ਨਾਲ ਜਿਹੜਾ ਸਾਡਾ ਟਾਕਰਾ ਹੁੰਦਾ ਹੈਗਾ। ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਸਾਡੇ ਨਾਲ ਜੁੜੇ ਹੋਏ ਜਗਜੀਤ ਕੌਰ ਜੀ, ਜਿਹੜੇ ਕਿ ਕੈਨੇਡਾ ਦੇ ਵਿੱਚ 26 ਸਾਲ ਪਹਿਲਾਂ ਆਏ ਸੀ ਤੇ ਉਹਨਾਂ ਨੇ ਆਪਣੀ ਕਹਾਣੀ ਕੈਨੇਡਾ ਦੇ ਵਿੱਚ ਆਪਣੀ ਕਹਾਣੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਤੇ ਜੇ ਤੁਸੀਂ ਵੀ ਇੱਥੇ ਕੈਨੇਡਾ ਦੇ ਵਿੱਚ ਰਹਿੰਦੇ ਹੈਗੇ ਹੋ ਤੇ ਤੁਹਾਡੀ ਕੋਈ ਕਹਾਣੀ ਹੈ, ਹਾਲਾਂਕਿ ਹਰ ਇੱਕ ਦੀ ਕਹਾਣੀ ਆਪਣੀ ਹੁੰਦੀ ਹੈਗੀ ਆ, ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਕਹਾਣੀ ਵੀ, ਤੁਹਾਡੀ ਜ਼ਬਾਨੀ ਬਾਕੀ ਸਾਰੇ ਦੋਸਤਾਂ ਦੇ ਨਾਲ ਸਾਂਝੀ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਪਿਆਰ ਪਿਆਰ ਸਤਿ ਸ਼੍ਰੀ ਅਕਾਲ।